COVID-19 ਦਾ ਤੋੜ ਲੱਭਣ ਲਈ ਪੂਰੀ ਦੁਨੀਆ ਦੇ ਮਾਹਰ ਦਿਨ ਰਾਤ ਜੁਟੇ ਹਨ। ਵੈਕਸੀਨ ਦੇ ਟ੍ਰਾਇਲ ਜਾਰੀ ਹਨ, ਪਰ ਇਸ ਦਰਮਿਆਨ ਇਸ ਮਹਾਮਾਰੀ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਜੋ ਦਵਾਈਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੀ ਕਿੱਲਤ ਬਾਜ਼ਾਰ ਵਿੱਚ ਪੈਦਾ ਕਰ ਕਾਲਾ ਬਾਜ਼ਾਰੀ ਦਾ ਦੌਰ ਵੀ ਤੇਜ਼ ਹੋਇਆ ਹੈ। ਭਾਰਤ ਵਿੱਚ COVID-19 ਦੇ ਇਲਾਜ ਲਈ ਵਰਤੀ ਜਾ ਰਹੀ ਰਾਮਡੇਸਿਵਿਰ ਅਤੇ ਟੌਂਸਿਲ ਜ਼ੁਮਾਬ ਦਵਾਈਆਂ ਦੀ ਬਾਜ਼ਾਰ ਵਿੱਚ ਕਿੱਲਤ ਹੈ ਅਤੇ ਕਾਲਾਬਾਜ਼ਾਰੀ ਕਰ ਦਿੱਲੀ ਦੇ ਬਾਜ਼ਾਰਾਂ 'ਚ ਇਹ ਦਵਾਈ ਮਹਿੰਗੇ ਭਾਅ ਵੇਚੀ ਜਾ ਰਹੀ ਹੈ। ਦਿੱਲੀ ਦੇ ਅਭਿਨਵ ਸ਼ਰਮਾ, ਜਿਨ੍ਹਾਂ ਦੇ ਅੰਕਲ ਕੋਰੋਨਾ ਪੋਜ਼ਿਟਿਵ ਪਾਇਆ ਗਿਆ, ਡਾਕਟਰ ਵੱਲੋਂ ਉਸ ਨੂੰ ਹਾਲਾਤ ਨੂੰ ਵੇਖਦਿਆਂ ਦਾਖਲ ਕਰਦਿਆਂ ਤੁਰੰਤ ਪਰਿਵਾਰ ਤੋਂ ਰੈਮਡੇਸਿਵਿਰ ਦਵਾਈ ਮੰਗੀ ਗਈ, ਜੋ ਭਾਰਤ ਵਿੱਚ ਅਹਿਮ ਐਂਟੀ ਵਾਇਰਲ ਡਰੱਗ ਹੈ, ਪਰ ਇਸ ਨੂੰ ਲੱਭਣਾ ਇਸ ਵੇਲੇ ਮੁਸ਼ਕਿਲ ਹੈ। ਬਾਜ਼ਾਰ ਵਿੱਚ ਕਿਤੇ ਲੱਭਿਆ ਵੀ ਨਹੀਂ ਮਿਲਦੀ। ਉਸ ਦੇ ਅੰਕਲ ਦੀ ਤਬੀਅਤ ਖਰਾਬ ਹੋ ਗਈ ਤਾਂ ਉਸ ਨੇ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਡਰੱਗ ਦੇ ਇੰਤਜ਼ਾਮ ਲਈ ਕਿਹਾ। ਆਖਰ ਉਸ ਦੀ ਕੀਮਤ ਦਾ 7 ਗੁਣਾ ਅਦਾ ਕਰਕੇ ਉਸ ਨੂੰ ਇਹ ਦਵਾਈ ਮਿਲੀ। ਪਰ ਉਸ ਦਾ ਕਹਿਣਾ ਹੈ ਕਿ ਮੈਂ ਤਾਂ ਮਹਿੰਗੀ ਕੀਮਤ ਤਾਰੇ ਦਵਾਈ ਲੈ ਲਈ, ਪਰ ਉਹਨਾਂ ਦਾ ਕੀ ਜੋ ਦਵਾਈ ਖਰੀਦਣ ਦੇ ਸਮਰੱਥ ਨਹੀਂ ਹਨ। ਬਾਜ਼ਾਰ ਵਿੱਚ ਇਸ ਦਵਾਈ ਦੀ ਧੜੱਲੇ ਨਾਲ ਕਾਲਾਬਾਜ਼ਾਰੀ ਹੋ ਰਹੀ ਹੈ। ਹਰ ਪੱਤੇ ਦੀ ਤੈਅ ਕੀਮਤ 5400 ਰੁਪਏ ਹੈ ਅਤੇ ਹਰ ਮਰੀਜ਼ ਨੂੰ ਇਸ ਦੀ 5 ਤੋਂ 6 ਡੋਜ਼ ਦੀ ਲੋੜ ਹੁੰਦੀ ਹੈ, ਪਰ ਬਾਜ਼ਾਰ ਵਿੱਚ 30 ਤੋਂ 38 ਹਜ਼ਾਰ ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਹ ਦਵਾਈ ਕੋਰੋਨਾ ਮਰੀਜ਼ਾਂ ਲਈ ਮਦਦਗਾਰ ਹੈ, ਇਸ ਦੇ ਨਤੀਜੇ ਬਿਹਤਰ ਹਨ ਅਤੇ ਇਸ ਸਭ ਨੂੰ ਵੇਖਦਿਆਂ ਹੀ ਇਸ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋਈ ਹੈ। ਬਾਜ਼ਾਰ ਵਿੱਚ ਆਸਾਨੀ ਨਾਲ ਨਹੀਂ ਮਿਲ ਰਹੀ, ਜੇ ਮਿਲ ਰਹੀ ਹੈ ਤਾਂ ਉੱਚ ਰੇਟ ਤੇ, ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਹਾਲਾਂਕਿ ਮਾਹਿਰ ਇਹ ਮੰਨਦੇ ਹਨ ਕਿ ਕੋਵਿਡ ਦਾ ਕੋਈ ਪੱਕਾ ਇਲਾਜ ਨਹੀਂ, ਪਰ ਭਾਰਤ ਵਿੱਚ ਕੋਈ ਹੋਰ ਪੁਖਤਾ ਦਵਾਈ ਨਾ ਹੋਣ ਕਰਕੇ ਡਾਕਟਰ ਧੜਾਲੇ ਨਾਲ ਇਸ ਦਾ ਹੀ ਇਸਤੇਮਾਲ ਕਰ ਰਹੇ ਹਨ, ਜਿਸ ਕਾਰਨ ਰਾਜਧਾਨੀ ਦਿੱਲੀ ਸਮੇਤ ਹੋਰ ਥਾਵਾਂ ਤੇ ਇਸ ਦੀ ਮੰਗ ਵਧੀ। ਲੋਕਾਂ ਨੂੰ ਮਹਿੰਗੇ ਰੇਟ ਤੇ ਦਵਾਈ ਖਰੀਦਣੀ ਪੈ ਰਹੀ ਹੈ। ਇਸ ਦੀ ਸਪਲਾਈ ਅਤੇ ਡਿਮਾਂਡ ਵਿੱਚ ਆਏ ਪਾੜੇ ਦੀ ਵਜ੍ਹਾ ਨਾਲ ਇਸ ਦੀ ਕੀਮਤ ਅਸਮਾਨ ਚੜ੍ਹੀ ਹੈ। US ਬੇਸਡ ਗਿਲਡ ਸਾਇੰਸ, ਜਿਸਨੇ ਇਬੋਲਾ ਦੇ ਇਲਾਜ ਲਈ ਦਵਾਈ ਇਜ਼ਾਦ ਕੀਤੀ ਸੀ, ਉਸਨੇ ਭਾਰਤ ਦੀਆਂ 4 ਦਵਾ ਨਿਰਮਾਤਾ ਕੰਪਨੀਆਂ ਸਿਪਲਾ, ਜੁਬੀਲੈਂਟ ਲਾਈਫ, ਹੈਟਰੋ ਡਰੱਗ ਅਤੇ ਮਾਈਲੋਨ ਨੂੰ ਇਸ ਦੇ ਅਧਿਕਾਰ ਵੇਚੇ ਸਨ। ਹਾਲਾਂਕਿ ਭਾਰਤ ਵਿੱਚ ਇਕਲੌਤੀ ਕੰਪਨੀ ਹੈਟਰੋ ਇਸ ਦਾ ਨਿਰਮਾਣ ਕਰ ਰਹੀ ਹੈ। ਕੰਪਨੀ ਵੱਲੋਂ ਇਸ ਦਵਾਈ ਦੀਆਂ 20,000 ਡੋਜ਼ 5 ਸਟੇਟ ਵਿੱਚ ਭੇਜੀਆਂ ਗਈਆਂ ਹਨ। ਕੰਪਨੀ ਵੱਲੋਂ ਇਸ ਦੀ ਸਪਲਾਈ ਸਿੱਧੀ ਹਸਪਤਾਲਾਂ ਨੂੰ ਕੀਤੀ ਗਈ ਹੈ। ਕੰਪਨੀ ਦੇ ਤਰਜਮਾਨ ਦਾ ਕਹਿਣਾ ਹੈ ਕਿ ਅਸੀਂ ਇਹ ਦਵਾਈ ਆਪਣੇ ਡਿਸਟ੍ਰੀਬਿਊਟਰ ਨੂੰ ਨਹੀਂ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਇਸ ਦੇ ਨਿਰਮਾਣ ਵਿੱਚ ਤੇਜ਼ੀ ਲਿਆ ਰਹੀ ਹੈ ਤਾਂ ਜੋ ਡਿਮਾਂਡ ਨਾਲ ਨਜਿੱਠਿਆ ਜਾ ਸਕੇ, ਇਸ ਦੀ ਕਾਲਾਬਾਜ਼ਾਰੀ ਰੁਕ ਸਕੇ। ਹਾਲਾਂਕਿ ਸਿਪਲਾ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਇਸ ਦੀ ਮੰਗ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਸਾਨੂੰ ਲੱਗਦਾ ਹੈ ਕਿ ਆਉਂਦੇ ਦਿਨਾਂ ਵਿੱਚ ਇਸ ਦੀ ਮੰਗ ਹੋਰ ਜ਼ਿਆਦਾ ਵਧੇਗੀ। ਇੱਕ ਦਿੱਲੀ ਵਾਸੀ ਦਾ ਕਹਿਣਾ ਹੈ ਕਿ ਉਹ ਖੁਦ 50 ਮੈਡੀਸਨ ਸਟੋਰ 'ਚ ਗਏ, ਉਹ ਦਵਾਈ ਦੇਣ ਲਈ ਮੰਨ ਗਏ, ਪਰ ਉਹ ਇਸ ਦੀ ਦੁੱਗਣੀ ਤਿਗੜੀ ਕੀਮਤ ਮੰਗ ਰਹੇ ਸਨ। ਉਸ ਦਾ ਕਹਿਣਾ ਹੈ ਕਿ ਮੈਨੂੰ ਇਹ ਦਵਾਈ ਹਾਸਲ ਕਰਨ ਲਈ 2 ਦਿਨ ਲੱਗ ਗਏ। ਸੋ ਇੱਕ ਪਾਸੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਕੋਈ ਪੁਖਤਾ ਦਵਾਈ ਨਹੀਂ, ਤਾਂ ਜੋ ਦਵਾਈ ਇਸ ਇਲਾਜ ਲਈ ਸਹਾਈ ਹੈ ਉਹ ਮਹਿੰਗੇ ਰੇਟ 'ਤੇ ਮਿਲ ਰਹੀ ਹੈ, ਜੋ ਕਈ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।